मुकाबला खेड मैदान च होन लगा है। बड़ी अपार कृपा धन धन साहब श्री गुरु गोबिंद सिंह जी महाराज दी हुई है। मौसम बड़ा साफ होया है, खुश होए हैं देवता जी इन्हां खेडां नूं देख के। समुचे नगर ने यह दिन रात एक करके बड़ी मेहनत की है। कराके चेता बरगाड़ी पिंड की टीम जिहड़ी आ गई है, पिंड वाले पासे यह है बरगाड़ी, महाराज खेतां वाले पासे है। के गुरु ग्रंथ साहब नूं मत्था मैं टेकदा हाँ, दसा गुरुआं नूं होवे प्रणाम मेरी। गुरु ग्रंथ साहब नूं मत्था मैं टेकदा हाँ, दसा गुरुआं नूं होवे प्रणाम मेरी। बाणी गुरु है जान दा जग सारा, बाणी जिन ते बाणी है जान मेरी। जिधर देखा मैं तेरा ही रूप दसदा, जिधर देखा मैं तेरा ही रूप दसदा, ते इत्थों बिना की दस जान मेरी। तेरे नाम तो कमेंट्री मैं शुरू करन लगा, ਜੋ ਆਗਿਆ ਚੱਲੇ ਜਵਾਨ ਮੇਰੀ। ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ, ਹੋਵੇ ਸਭ ਨੂੰ ਫਤਿਹ ਪ੍ਰਵਾਨ ਮੇਰੀ, ਹੋਵੇ ਸਭ ਨੂੰ ਫਤਿਹ ਪ੍ਰਵਾਨ ਮੇਰੀ। ਆਓ ਫਿਰ ਫਤਿਹ ਦੀ ਸਾਂਝ ਪਾਈਏ, ਬੁਲਾਓ ਗੱਜ ਕੇ ਫਤਿਹ ਸਾਰੇ ਜਾਣੇ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿ ਫਰਸ਼ ਅਰਥ ਬਚਾ ਦੇ ਜੇ ਤੂੰ ਮਿਹਰ ਕਰੇ ਵੇ ਸਾਈਆਂ, ਲੱਗਦੇ ਰਹਿਣ ਖੁਸ਼ੀ ਦੇ ਮੇਲੇ। ਮਿਲਦੀਆਂ ਰਹਿਣ ਵਧਾਈਆਂ, ਮਿਲਦੀਆਂ ਰਹਿਣ ਵਧਾਈਆਂ। ਪਹਿਲੀ ਕਬੱਡੀ ਦੇ ਲਈ ਬਿਲਕੁਲ ਕਹਿੰਦੇ ਤਿਆਰ, ਫਿਰ ਤਿਆਰ ਇਹ ਹੈ ਬਰਗਾੜੀ ਵਾਲਾ ਗੱਭਰੂ, ਕਹਿੰਦੇ ਫੌਜੀ ਤਿਆਰ ਖੜਾ ਹੈ। ਲਓ ਦੇਖਣਾ ਹੈ ਸਾਡੇ 12 ਤੇ 13 ਅੰਕਾਂ ਦੇ ਮੁਕਾਬਲੇ ਜਿਹੜੇ ਇਹ ਹੋਣਗੇ ਕਬੱਡੀ 62 ਕਿਲੋ ਵਰਗ ਦੇ ਬਰਗਾੜੀ ਵਰਸੇ ਮਹਾਰਾਜ ਦੀਆਂ ਟੀਮਾਂ ਦੇ ਚਕਾਰ ਇਹ ਮੁਕਾਬਲਾ ਜਿਹੜਾ ਦੇਖਣ ਨੂੰ ਮਿਲਣਾ ਹੈ। ਕਿ 10ਵੇਂ ਗੁਰੂ ਨੇ ਵਾਰ ਕੇ ਪਿਤਾ ਆਪਣਾ ਲਾਜ ਰੱਖ ਲਈ ਹਿੰਦੁਸਤਾਨੀਆਂ ਦੀ ਹਰੀ ਸਿੰਘ ਨਲੂਏ ਨੇ ਅਸੀਂ ਧਾਗ ਪਾਈ ਰਾਣੀ ਅੱਜ ਵੀ ਡਰੇ ਅਫਗਾਨੀਆਂ ਦੀ ਮੱਖਣ ਬਰਾੜਾ ਸੀਦ ਊਧਮ ਸਿੰਘ ਦਾ ਨਾਂ ਸੁਣ ਕੇ ਰਾਣੀ ਕੰਬਦੀ ਫਿਰੇ ਬਰਤਾਨੀਆਂ ਦੀ। ਵਾਕਈ ਕਹਿੰਦੇ ਪੰਜਾਬ ਦੀ ਧਰਤੀ ਤੇ ਗੁਰੂਆਂ ਪੀਰਾਂ ਨੇ ਜਨਮ ਲਿਆ, ਪੀਰ ਕਮਰਾ ਜੋਧਿਆਂ ਨੇ ਜਨਮ ਲਿਆ, ਖਿਡਾਰੀਆਂ ਨੇ ਜਨਮ ਲਿਆ। ਲਾ ਪਹਿਲੀ ਰੇਡ ਖੇਡ ਮੈਦਾਨ ਵਿੱਚ ਇਹ ਹੈ ਬਰਗਾੜੀ ਵਾਲਾ ਫੌਜੀ, ਕਹਿੰਦੇ ਕਬੱਡੀ ਪਾ ਰਿਹਾ। ਉਧਰ ਕਹਿੰਦੇ ਮਹਾਰਾਜ ਪਿੰਡ ਦੇ 4 ਸਟੋਪਰ ਹੈ, 6ਵੇਂ ਪਾਤਸ਼ਾਹੀਆਂ ਦੀ ਚਰਨ ਛੋਹ ਪ੍ਰਾਪਤ ਧਰਤੀ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਂਪੁਰਸ਼ਾਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ। ਕਬੱਡੀ ਜੇ ਤੂੰ ਖੇਡਣੀ ਹੈ ਕਬੱਡੀ, ਪਕੜ ਮਜ਼ਬੂਤ ਤੂੰ ਕਰ ਲਾ ਲੱਤਾਂ ਦੀ, ਹੁਣ ਤੂੰ ਡੰਡ ਬੈਠਕਾਂ ਲਾ ਲਾ, ਕੌਡੀ ਹੋ ਗਈ ਲੱਖਾਂ ਦੀ, ਹੁਣ ਤੂੰ ਡੰਡ ਬੈਠਕਾਂ ਲਾ ਲਾ, ਕੌਡੀ ਹੋ ਗਈ ਲੱਖਾਂ ਦੀ, ਹੁਣ ਪੂਰੀ ਕਦਰ ਹੈ ਪੈ ਗਈ ਪੈਰਾਂ ਵਿੱਚ ਵੱਜੇ ਰੋੜਾਂ ਦੀ, ਹੁਣ ਤੂੰ ਡੰਡ ਬੈਠਕਾਂ ਲਾ ਲਾ, ਕਬੱਡੀ ਹੋ ਗਈ ਕਰੋੜਾਂ ਦੀ, ਕਬੱਡੀ ਹੋ ਗਈ ਕਰੋੜਾਂ ਦੀ। ਆਹ ਨੌਜਵਾਨ ਨੂੰ ਕਹਿੰਦੇ ਜਸਕਰਨ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਧਰ ਹੈਪੀ ਕਹਿੰਦੇ ਨੌਜਵਾਨ ਜਗ ਸਿੰਘ ਵਾਲੇ ਦਾ ਬਹੁਤ ਸੋਹਣਾ ਜੱਫਾ ਲਾਉਂਦਾ ਹੈ ਔਰ ਪੁਆਇੰਟ ਜਿਹੜਾ ਜਾਫੀਆਂ ਦੇ ਖਾਤੇ ਜੁੜਦਾ ਹੈ। ਲਓ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਕਬੱਡੀ। ਉਧਰ ਕਹਿੰਦੇ ਕਬੱਡੀ 365.com ਤੇ ਅੱਜ ਦਾ ਇਹ ਕਬੱਡੀ ਕੱਪ ਲਾਈਵ ਦਿਖਾਇਆ ਜਾ ਰਿਹਾ ਹੈ। ਕਬੱਡੀ 365.com ਵਾਲੇ ਵੀਰਾਂ ਨੇ ਵੀ ਕੈਮਰੇ ਜਿਹੜੇ ਫੋਕਸ ਕਰ ਲਏ ਹੈ। ਨਾਲ ਨਾਲ ਕਹਿੰਦੇ ਕੱਲੀ ਕੱਲੀ ਰੇਡ ਜਿਹੜੀ ਵਿਦੇਸ਼ਾਂ ਦੇ ਵਿੱਚ ਦਿਖਾਈ ਜਾਊਗੀ। ਯਾਰ ਦੋਸਤਾਂ ਨੂੰ, ਆਪਣਿਆਂ ਨੂੰ, ਸਕੇ ਸੰਬੰਧੀਆਂ ਨੂੰ, ਰਿਸ਼ਤੇਦਾਰਾਂ ਨੂੰ ਤੁਸੀਂ ਫੋਨ ਦੇ ਜ਼ਰੀਏ ਦੱਸ ਸਕਦੇ ਹੋ ਕਿ ਅੱਜ ਦੇ ਇਸ ਕਬੱਡੀ ਕੱਪ ਦਾ ਨਜ਼ਾਰਾ ਜਿਹੜਾ ਕਬੱਡੀ 365.com ਦੀ ਵੈਬਸਾਈਟ ਦੇ ਜ਼ਰੀਏ ਦੇਖ ਸਕਦੇ ਹੋ। ਲਓ ਮਹਾਰਾਜ ਵਾਲਾ ਕਹਿੰਦੇ ਜਸਕਰਨ ਕਬੱਡੀ ਪਾਉਂਦਾ ਹੈ। ਉਧਰ ਕਹਿੰਦੇ ਦੂਸਰੀ ਵਾਰ ਟਰਾਈ, ਫਿਰ ਕਹਿੰਦੇ ਬਗਰਾੜੀ ਵਾਲੇ ਨੌਜਵਾਨ ਨੇ ਕੀਤੀ ਹੈ। ਲਓ ਲਾਇਆ ਹੋਇਆ ਜੱਫਾ, ਦੋਵੇਂ ਪਿੰਡਾਂ ਨੇ ਕਹਿੰਦੇ ਸਟਾਰ ਖਿਡਾਰੀ ਸਮੇਂ ਸਮੇਂ ਤੇ ਪੈਦਾ ਕੀਤੇ ਹੈ। ਬਰਗਾੜੀ ਦੀ ਗੱਲ ਕਰੀਏ ਤਾਂ ਜੀਤ ਬਰਗਾੜੀ ਦਾ ਨਾਂ ਚੱਲਦਾ ਹੈ। ਅੱਜ ਕੱਲ ਭਾਵੇਂ ਕਹਿੰਦੇ ਇਟਲੀ ਦੇ ਤਰਹਿਣ ਬਸੇਰੇ ਕੀਤੇ ਹੈ, ਪਰ 2 ਵਿਸ਼ਵ ਕਬੱਡੀ ਕੱਪ ਖੇਡਣ ਦਾ ਮਾਣ ਬਰਗਾੜੀ ਵਾਲੇ ਜੀਤ ਨੂੰ ਹਾਸਲ ਹੋਇਆ ਹੈ। ਜਿਸ ਪਿੰਡ ਦੇ ਕੱਕੀ ਵਰਗੇ, ਜਿਸ ਪਿੰਡ ਦੇ ਕੇਵਲ ਵਰਗੇ, ਜਿਸ ਪਿੰਡ ਦੇ ਕੁਲਵੰਤ ਵਰਗੇ, ਬੂਟੇ ਵਰਗੇ ਮਲੇਸ਼ੀਆ ਦੇ ਵਿੱਚ ਖੇਡੇ ਹੈ। ਲਓ ਆਹ ਦੇਖੋ ਨੌਜਵਾਨ ਫੌਜੀ, ਇੱਧਰ ਕਹਿੰਦੇ ਮਹਿਰਾਜ ਵਾਲਾ ਨੌਜਵਾਨ ਖਹਿਰੇ ਦਾ ਪਿੰਡੂ ਹੈ, ਸੀਰੇ ਦਾ ਪਿੰਡੂ, ਇਹ ਹੈ ਸੀਰਾ ਇੱਥੇ ਰੱਖ ਕਿ ਜੋ ਵੀ ਕਰ ਲੈ ਕਰ ਲਈ ਵੰਜ ਬਰਾਬਰ ਗੱਡਾਂਗੇ, ਜੋ ਵੀ ਕਰ ਲੈ ਕਰ ਲਈ ਵੰਜ ਬਰਾਬਰ ਗੱਡਾਂਗੇ। ਬਹੁਤ ਤਕੜੇ ਮੈਚ ਖੇਡੇ ਜਾਣਗੇ, ਜਿੰਨੇ ਮੈਚ ਕਬੱਡੀ 62 ਕਿਲੋ ਦੇ ਹੋਣਗੇ
ਉਨੇ ਹੀ ਜਿਹੜੇ ਟਫ ਮੁਕਾਬਲੇ ਹੋਣਗੇ। ਉਧਰ ਮੇਰਾ ਵੀਰ ਜੱਗੂ ਸਿੰਘਾਪੁਰ ਵਾਲਾ ਵੀ ਵਿਸ਼ੇਸ਼ ਤੌਰ ਤੇ ਪੁੱਜ ਗਿਆ ਹੈ, ਖੇਡ ਮੈਦਾਨ ਦੇ ਨਾਲ ਜੁੜ ਚੁੱਕਾ ਹੈ। ਜੀ ਆਇਆਂ ਨੂੰ ਆਖਦੇ ਆ ਲੈ ਵੀ ਦੇਖ ਵੀਰ ਜੱਗੂ, ਖੇਡ ਮੈਦਾਨ 'ਚ ਪਤਾ ਲੱਗੂ ਇਹ ਹੈ ਨੌਜਵਾਨ ਪੀਤਾ, ਖੇਡ ਮੈਦਾਨ ਦੇ 'ਚ ਟਰਾਈ ਕਰਦਾ ਪਰ ਪੁਆਇੰਟ ਧਾਵੀ ਦੇ ਖਾਤੇ ਜੁੜਦਾ ਹੈ। 75 ਕਿਲੋ ਦੇ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਐਂਟਰ ਹੋਣ ਤਾਂ ਕਿ ਅਸੀਂ ਟਾਈਆਂ ਕੱਢ ਕੇ ਉਹਨਾਂ ਦੇ ਮੈਚ ਸਟਾਰਟ ਕਰ ਸਕੀਏ। 75 ਕਿਲੋ ਗਿੱਦੜ ਵਰਸੀ ਧੂੜਕੋਟ ਦੀਆਂ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣ। ਗਿੱਦੜ ਵਰਸੀ ਧੂੜਕੋਟ ਲਾਓ, ਉਧਰ ਕਹਿੰਦੇ ਸੀਰੇ ਨੇ ਹੈਟ੍ਰਿਕ ਮਾਰਤੀ, ਇੱਕ ਜ਼ੋਰਦਾਰ ਤਾੜੀ ਮਾਰ ਰਹੇ ਇਸ ਨੌਜਵਾਨ ਦੇ ਨਾਂ ਤੇ। ਇਹ ਹੈ ਸੀਰਾ ਮਹਿਰਾਜ ਪਿੰਡ ਦਾ ਨੌਜਵਾਨ ਜਿਹੜਾ ਹੈਟ੍ਰਿਕ ਲਾਉਂਦਾ ਹੈ। ਅੱਜ ਕਹਿੰਦੇ ਜੱਫਿਆਂ ਦੀ ਝੜੀ ਲਾਤੀ ਇਸ ਨੌਜਵਾਨ ਨੇ, ਵਾਕਈ ਕਹਿੰਦੇ ਹਿੱਕ ਦਾ ਜ਼ੋਰ ਲੱਗਦਾ ਹੈ ਕਿ ਜੇ ਹਿੱਕ ਵਿੱਚ ਜ਼ੋਰ ਹੋਵੇ ਲੋਕੀ ਤਾਂ ਪੁੱਛਦੇ ਸਰਨਾਵਾਂ। ਹਰਜੀਤ ਬਰਾੜ ਜਿਹੇ ਵਿਰਲੇ ਪੁੱਤ ਜੰਮਦੀਆਂ ਮਾਵਾਂ, ਹਰਜੀਤ ਬਰਾੜ ਜਿਹੇ ਵਿਰਲੇ ਪੁੱਤ ਜੰਮਦੀਆਂ ਮਾਵਾਂ। ਜਿੱਥੇ ਕਹਿੰਦੇ ਉੱਚ ਕੋਟੀ ਦੇ ਮੁਕਾਬਲੇ ਕਬੱਡੀ ਦੇ ਹੋਣਗੇ, ਦੁਨੀਆ ਦੇ ਸੁਪਰ ਸਟਾਰ ਖਿਡਾਰੀ ਕਬੱਡੀ ਓਪਨ ਦੇ ਵਿੱਚ ਅੱਜ ਇੱਥੇ ਪੁੱਜ ਰਹੇ ਹੈ। ਉੱਥੇ ਕਹਿੰਦੇ ਪੰਜਾਬੀ ਮਾਂ ਬੋਲੀ ਦਾ ਅਨਮੋਲ ਹੀਰਾ ਪ੍ਰਸਿੱਧ ਲੋਕ ਗਾਇਕ ਵੀਤ ਬਲਜੀਤ ਵੀ ਅੱਜ ਵਿਸ਼ੇਸ਼ ਤੌਰ ਤੇ ਇੱਥੇ ਪੁੱਜ ਰਿਹਾ ਹੈ। ਵੀਤ ਬਲਜੀਤ ਨੇ ਪੁੱਜਣਾ ਹੈ, ਦੁਨੀਆ ਦੇ ਸਟਾਰ ਕਲਾਕਾਰ ਦੀ ਗੱਲ ਹੋਣੀ ਹੈ, ਉੱਥੇ ਦੁਨੀਆ ਦੇ ਸਟਾਰ ਖਿਡਾਰੀਆਂ ਦੀ ਗੱਲ ਹੋਣੀ ਹੈ। ਜਿੱਥੇ ਮਾੜੀ ਵਾਲੇ ਸਿਕੰਦਰ ਦਾ, ਉੱਥੇ ਨਾਲ ਅਲਕਣਿਆਂ ਵਾਲੇ ਦੌਲੀ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਮਾਨੁਕਿਆਂ ਵਾਲੇ ਜੀਵਨ ਦਾ ਹੋਣਾ। ਲਓ ਫੇਰ ਫੜਿਆ ਹੋਇਆ ਗੁੱਟ, ਮਾਰ ਦੋ ਤਾੜੀਆਂ, ਪੈ ਗਿਆ ਟੁੱਟ ਕੇ ਨੌਜਵਾਨ ਗੱਭਰੂ, ਪਰ ਪੁਆਇੰਟ ਮਹਿਰਾਜ ਪਿੰਡ ਦੇ ਖਾਤੇ ਹੈ। ਲੈ ਵੀ ਬਰਗਾੜੀ ਵਾਲਿਆ ਹੱਥ ਥੋੜੇ ਜਿਹੇ ਕੱਚੇ ਪਾਏ ਆ। ਇਹ ਹੈ ਫੌਜੀ, ਇੱਕ ਕਹਿੰਦੇ ਕੋੜ ਛਾਪੇ ਦਾ ਫੌਜੀ ਦੁਨੀਆ ਮਨਾਉਣ ਵਾਲੀ ਗੱਲ ਕੀਤੀ ਉਸ ਨੌਜਵਾਨ ਨੇ, ਇੱਕ ਫੌਜੀ ਚੀਮਾ ਜੋਧਪੁਰ ਦੀ ਧਰਤੀ ਦਾ, ਇੱਕ ਕਹਿੰਦੇ ਸਰਜੀਤ ਫੌਜੀ ਰੌਂਤੇ ਵਾਲਾ ਕਬੱਡੀ ਜੱਗ ਦੇ ਜਿਹੜੇ ਪ੍ਰਸਿੱਧ ਖਿਡਾਰੀ ਹੋਏ ਹੈ। ਲਓ ਇਹ ਹੈ ਫੌਜੀ ਛੋਟੇ ਵਜਨਾ ਦਾ ਸਟਾਰ, ਬਰਗਾੜੀ ਪਿੰਡ ਦਾ ਕਬੱਡੀ ਪਾ ਕੇ ਗਿਆ। ਲਓ ਅਗਲੀ ਕਬੱਡੀ, ਕਹਿੰਦੇ ਜਸਕਰਨ ਮਹਿਰਾਜ ਪਿੰਡ ਦਾ ਅੱਗੇ ਵੱਧ ਰਿਹਾ। ਲੈ ਵੀ ਦੇਖ ਡਾਕਟਰ ਜਗਜੀਤ, ਅੱਜ ਦੁਨੀਆ ਦੇ ਸਟਾਰ ਖਿਡਾਰੀਆਂ ਦੀ ਗੱਲ ਹੋਣੀ ਹੈ। ਉੱਥੇ ਪੰਜਾਬੀ ਮਾਂ ਬੋਲੀ ਦਾ ਅਨਮੋਲ ਹੀਰਾ ਪ੍ਰਸਿੱਧ ਲੋਕ ਹੈ, ਕਹਿੰਦੇ ਵੀਤ ਬਲਜੀਤ ਵੀ ਇੱਥੇ ਪੁੱਜਣਾ ਹੈ। ਇਹ ਹੈ ਬੁਰਜ ਥਰੋੜ ਦੀ, ਕਹਿੰਦੇ ਕਰਮਾਂ ਵਾਲੀ ਧਰਤੀ ਹੈ। ਲਓ ਖੇਡ ਮੈਦਾਨ ਦੇ ਵਿੱਚ ਕਿ ਚੱਲ ਓਏ ਛਿੰਦਿਆ, ਚੱਲ ਓਏ ਜੱਗਿਆ, ਖੇਡ ਮੇਲਾ ਪਿੰਡ ਬੁਰਜ ਥਰੋੜ ਦੀ ਧਰਤੀ ਤੇ ਹੈ ਲੱਗਿਆ। ਜਿੱਥੇ ਇੱਕ ਜਿੱਤਦੀ ਹੈ ਘਟੈਂਦੀ ਹੈ, ਤੂੰ ਵੀ ਚੱਲ ਕੇ ਦੇਖ ਲਾ ਆ ਕਬੱਡੀ ਤੇ ਕਬੱਡੀ ਪੈਂਦੀ ਹੈ, ਤੂੰ ਵੀ ਚੱਲ ਕੇ ਦੇਖ ਲਾ ਆ ਕਬੱਡੀ ਤੇ ਕਬੱਡੀ ਪੈਂਦੀ ਹੈ। ਲਓ ਅਗਲੀ ਕਬੱਡੀ, ਕਹਿੰਦੇ ਮਹਿਰਾਜ ਪਿੰਡ ਦਾ ਜਸਕਰਨ ਪਾ ਰਿਹਾ। ਦੇਖੋ ਵੀ ਇੱਕ ਅੱਧੇ ਪੁਆਇੰਟ ਤੇ ਜਿੱਤ ਹਾਰ ਦੇ ਫੈਸਲੇ ਹੋਣੇ ਹੈ, ਮੁਕਾਬਲੇ ਬੜੇ ਰੌਚਕ ਖੇਡੇ ਜਾਣਗੇ। ਲਓ ਇੱਕ ਪਾਸੇ ਕੌਰ ਸਿੰਘ ਜੀ ਵਾੜਾ ਪਾਈਕਾ, ਦੇਵ ਦਿਆਲਪੁਰਾ ਅੰਤਰਰਾਸ਼ਟਰੀ ਅੰਪਾਇਰ ਸੇਵਾਵਾਂ ਦੇ ਰਿਹਾ। ਅੱਜ ਕਹਿੰਦੇ ਦੇਵ ਦਿਆਲਪੁਰੇ ਨੂੰ ਵਧਾਈਆਂ ਮਿਲ ਗਈਆਂ, LCD ਦੇ ਨਾਲ ਵੱਡੇ ਮਾਨ ਸਨਮਾਨ ਦਿੱਤੇ ਜਾਣੇ ਹੈ। ਇਹਦੇ ਸਮੁੱਚੇ ਟੂਰਨਾਮੈਂਟ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ। ਬਾਈ ਪ੍ਰਧਾਨ ਸਾਹਿਬ, ਵੇਟ ਕਮੇਟੀ ਵਾਲਿਆਂ ਨੂੰ ਬੇਨਤੀ ਆ ਪ੍ਰਧਾਨ ਨੂੰ ਵੀ ਪਹੁੰਚੇ ਬਾਈ ਕੰਡੇ ਕੋਲੇ, ਬਾਈ ਕੱਲ ਵੀ ਸੀ, ਛੇਤੀ ਆ ਜਾਏ ਬਾਈ। ਬਹੁਤ ਧੰਨਵਾਦ ਵੇਟ ਕਮੇਟੀ ਵਾਲੇ ਸਾਰੇ ਮੈਂਬਰਾਂ ਦਾ ਜਿਹੜੇ ਸੇਵਾਵਾਂ ਦੇ ਰਹੇ ਹੈ। ਜਿੱਥੇ ਬਹੁਤ ਸਤਿਕਾਰਯੋਗ ਗੁਰਜੰਟ ਗਿੱਲ ਵਰਗੇ, ਗੁਰਮੇਲ ਸਿੰਘ ਜੀ ਪ੍ਰਧਾਨ ਸਾਹਿਬ, ਹਰਮਨ ਸਿੱਧੂ ਜੀ ਨਾਲ ਮੇਰਾ ਵੀਰ ਤਾਰਾ ਤੇ ਬਲਵਿੰਦਰ ਤੇ ਹਰਪਾਲ ਜਿਹੜੇ ਕੱਲ੍ਹ ਤੋਂ ਲੈ ਕੇ ਵੇਟ ਕਮੇਟੀ ਦੇ ਸੇਵਾਵਾਂ ਦੇ ਰਹੇ ਹੈ, ਵੱਡਾ ਧੰਨਵਾਦ ਹੈ ਸਾਰੀ ਵੇਟ ਕਮੇਟੀ ਦਾ। ਉਧਰ ਐਂਟਰੀ ਕਾਊਂਟਰ ਤੇ ਮੇਰੇ ਵੀਰ ਸੇਵਾਵਾਂ ਦਿੰਦੇ ਹੈ, ਉਹਨਾਂ ਦਾ ਵੀ ਧੰਨਵਾਦ। ਇੱਧਰ ਵੇਟ ਰੂਮ ਦੇ ਸੇਵਾਵਾਂ ਦਿੰਦੇ ਹੈ, ਉਹਨਾਂ ਦਾ ਵੀ ਵੱਡਾ ਧੰਨਵਾਦ ਹੈ। ਲਓ ਖੇਡ ਮੈਦਾਨ ਦੇ ਵਿੱਚ ਪਾਈ ਹੋਈ ਕਬੱਡੀ, ਖੇਡ ਮੈਦਾਨ ਦੇ ਉੱਤੇ ਹੈ ਮਹਿਰਾਜ ਵਾਲਾ ਨੌਜਵਾਨ ਕਬੱਡੀ ਪਾ ਰਿਹਾ। ਬਹੁਤ ਸੋਹਣਾ ਮੈਚ ਖੇਡਿਆ ਜਾ ਰਿਹਾ ਖੇਡ ਮੈਦਾਨ ਦੇ ਵਿੱਚ। ਲੈ ਇਹ ਹੈ ਨਿੱਪੂ ਮਹਿਰਾਜ ਪਿੰਡ ਦਾ ਤੇ ਤੋਤਾ ਬਰਗਾੜੀ ਵਾਲਾ ਟਰਾਈ ਕਰਦਾ ਹੈ ਪਰ ਪੁਆਇੰਟ ਰੇਡਰ ਦੇ ਖਾਤੇ ਜੁੜਦਾ ਹੋਇਆ। ਕਿ ਖੇਡਾਂ ਵਿੱਚੋਂ ਖੇਡ ਕਬੱਡੀ ਛਾਣ ਪੰਜਾਬੀਆਂ ਦੀ, ਇਸੇ ਵਿੱਚ ਹੀ ਵਸਦੀ ਲੋਕੋ ਜਿੰਦ ਜਾਣ ਪੰਜਾਬੀਆਂ ਦੀ, ਵਿੱਚ ਮੈਦਾਨ ਦੇ ਭਿੜਨਾ ਹੁੰਦਾ ਕੰਮ ਦਲੇਰਾਂ ਦਾ, ਖੇਡ ਕਬੱਡੀ ਖੇਡਣ ਦਾ ਸ਼ੌਂਕ ਪੰਜਾਬੀ ਸ਼ੇਰਾਂ ਦਾ, ਖੇਡ ਕਬੱਡੀ ਖੇਡਣ ਦਾ ਸ਼ੌਂਕ ਪੰਜਾਬੀ ਸ਼ੇਰਾਂ ਦਾ। ਵਾਕਈ ਕਹਿੰਦੇ ਛੀਣੀਆਂ ਮਾਵਾਂ ਦੇ ਸ਼ੇਰ ਪੁੱਤਾਂ ਦੀਆਂ ਝਪਟਾਂ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਦੇਖਣ ਨੂੰ ਮਿਲ ਗਈਆਂ। ਉਧਰ ਕਬੱਡੀ 365.com ਅੱਜ ਦੇ ਇਸ ਕਬੱਡੀ ਕੱਪ ਨੂੰ ਪੂਰੀ ਦੁਨੀਆ ਦੇ ਵਿੱਚ ਲਾਈਵ ਦਿਖਾ ਰਹੀ ਹੈ, ਜਿੱਥੇ ਸਾਡੇ ਵੀਰ ਬਾਈ ਰਾਜੇ ਮਨੀਲਾ ਵਰਗੇ, ਰਾਜੂ ਮਨੀਲਾ ਵਰਗੇ
ਕਹਿੰਦੇ ਐਨ ਆਰ ਆਈ ਵੀਰ ਅੱਜ ਦੇ ਇਸ ਕਬੱਡੀ ਕੱਪ ਦੇ ਨਾਲ ਜੁੜਨਗੇ ਰਾਜੇ ਬਰਾੜ ਵਰਗੇ। ਲਓ ਖੇਡ ਮੈਦਾਨ ਵਿੱਚ ਪਾਉਂਦਾ ਹੋਇਆ ਕਬੱਡੀ, ਜਿੱਥੇ ਮੇਰਾ ਵੀਰ ਤਾਰੀ ਅਰਜਨਟੀਨਾ ਵਾਲਾ ਵੀ ਉਸ ਨੌਜਵਾਨ ਨੇ ਵੀ ਜੁੜਨਾ ਹੈ ਕਬੱਡੀ 365.com ਦੀ ਵੈਬਸਾਈਟ ਦੇ ਨਾਲ। ਚੱਲ ਵੀ ਫੌਜੀ ਇਸੇ ਨਾਲ ਮੁਕਾਬਲਾ ਜਿਹੜਾ ਸਮਾਪਤ ਹੋਇਆ। ਦੱਸੀ ਵੀਰ ਅਮਰਜੀਤ ਇਸ ਮੁਕਾਬਲੇ ਵਿੱਚੋਂ ਮਹਿਰਾਜ ਦੀ ਟੀਮ ਜੇਤੂ ਰਹੀ ਹੈ 12.5 ਮਹਿਰਾਜ ਔਰ 6 ਪੁਆਇੰਟ ਬਗਰਾੜੀ, ਅੱਧੋ ਅੱਧ ਦੇ ਫਰਕ ਦੇ ਨਾਲ ਮਹਿਰਾਜ ਦੀ ਟੀਮ ਜੇਤੂ ਰਹੀ ਹੈ। ਇੱਕ ਪਾਸੇ ਧੂੜਕੋਟ ਹੈ, ਇੱਕ ਪਾਸੇ ਗਿੱਦੜ ਦਾ ਇਹ ਮੁਕਾਬਲਾ ਆਪਾਂ ਤੱਕਣਾ ਖੇਡ ਮੈਦਾਨ ਦੇ ਵਿੱਚ। ਗਿੱਦੜ ਵਰਸੀ ਧੂੜਕੋਟ ਦਾ ਮੈਚ ਸ਼ੁਰੂ ਹੋਣ ਲੱਗਾ ਹੈ। ਗਿੱਦੜ ਪਿੰਡ ਦੀ ਟੀਮ ਪਿੰਡ ਵਾਲੇ ਪਾਸੇ, ਦਰਸ਼ਕ ਵੀਰੋ ਪੰਜਾਬੀ ਵੀਰੋ, ਗਿੱਦੜ ਪਿੰਡ ਦੀ ਟੀਮ ਪਿੰਡ ਵਾਲੇ ਪਾਸੇ ਹੈ। ਟੀਮ ਕਹਿੰਦੇ ਧੂੜਕੋਟ ਦੀ ਜੈਲੇ ਧੂੜਕੋਟੀਏ ਦੇ ਪੇਂਡੂ, ਮੋਹਣੇ ਧੂੜਕੋਟੀਏ ਦੇ ਪੇਂਡੂ, ਗੋਪੀ ਧੂੜਕੋਟੀਏ ਦੇ ਪੇਂਡੂ, ਇਹ ਟੀਮ ਖੇਤਾਂ ਵਾਲੇ ਪਾਸੇ ਹੈ। ਪਹਿਲੀ ਰੇਡ ਕਹਿੰਦੇ ਕਾਲੂ ਨਾਮ ਹੈ ਇੱਕ ਰਸੂਲਪੁਰੀਆ, ਜਿਸ ਨੌਜਵਾਨ ਨੂੰ ਮਸਤਾਂ ਦੇ ਤੌਰ ਤੇ ਦੁਨੀਆ ਜਾਣਦੀ ਹੈ, ਇਹ ਹੈ ਕਾਲੂ। ਕਹਿੰਦੇ ਕਬੱਡੀ ਪਾ ਕੇ ਆ ਗਿਆ। ਇੱਕ ਸੈਦੋ ਕਹਿੰਦਾ ਕਾਲੂ ਕਬੱਡੀ ਜਗ ਦੇ ਵਿੱਚ ਬੜਾ ਪ੍ਰਸਿੱਧ ਹੋ ਗਿਆ ਹੈ। ਇੱਕ ਆਹ ਕਾਲੂ ਕਹਿੰਦੇ ਕਬੱਡੀ ਪਾ ਕੇ ਧੂੜਕੋਟੀਆ ਭੱਜਿਆ ਆਉਂਦਾ ਹੈ। ਲੈ ਵੀ ਗਿੱਦੜਾਂ ਵਾਲਿਆ ਪਾ ਕਬੱਡੀ। ਇਸ ਨੌਜਵਾਨ ਦੀ ਵੀ ਕਹਿੰਦੇ ਤੂਤੀ ਬੋਲਣ ਲੱਗੀ ਹੈ, ਛੋਟੇ ਵਜਨਾਂ ਦੇ ਵਿੱਚ ਚੰਗਾ ਛਿੱਕਾ ਚੱਲਣ ਲੱਗਿਆ। ਇਹ ਹੈ ਪ੍ਰੀਤ, ਗਿੱਦੜ ਪਿੰਡ ਦਾ ਕਬੱਡੀ ਪਾ ਰਿਹਾ। ਕਹਿੰਦੇ ਗਿੱਦੜ ਪਿੰਡ ਹੈ ਪਰ ਪੂਰਾ ਪਿੰਡ ਦਾ ਨਾਮ ਸ਼ੇਰਪੁਰ ਹੈ, ਪਰ ਗਿੱਦੜ ਨਾਂ ਤੇ ਮਸ਼ਹੂਰ ਹੋਇਆ ਇਹ ਨਗਰ। ਇੱਕ ਪਾਸੇ ਪ੍ਰੀਤ ਤੇ ਮੁਕਾਬਲਾ ਕਹਿੰਦੇ ਲਾਲੇ ਦੇ ਨਾਲ ਸਕਦਾ ਹੈ, ਫੜਿਆ ਹੋਇਆ ਗੁੱਟ। ਲਓ ਦੇਖੋ ਕਿ ਭੀੜੀ ਗਲੀ ਵਿੱਚ ਹੋ ਗਏ ਟੱਕਰੇ, ਖੜ ਗਿਆ ਬਾਹੋਂ ਫੜ ਕੇ ਭੱਜ ਲਾ ਓਏ ਮੁੰਡਿਆ, ਫਿਰ ਲੱਫੜ ਤੇ ਲੱਫੜ ਵਰਛੇ। ਲਓ ਮਾਰ ਦੋ ਤਾੜੀਆਂ ਦੋ ਹੱਲਾ ਸ਼ੇਰੀ, ਖੇਡ ਮੈਦਾਨ ਵਿੱਚ ਨੌਜਵਾਨ ਨੇ ਜੱਫਾ ਲਾਇਆ। ਇਹ ਹੈ ਲਾਲਾ, ਇੱਕ ਤੁੰਗ ਵਾਲੀ ਦਾ ਕਬੱਡੀ ਜਗ ਦੇ ਵਿੱਚ, ਜਿਸ ਨੌਜਵਾਨ ਨੇ ਹੁਣ ਬੜੇ ਅਨਮੋਲ ਹੀਰੇ ਤਰਾਸੇ ਹੈ, ਲਾਲੇ ਤੁੰਗ ਵਾਲੀ ਦਾ ਨਾਂ ਚੱਲਦਾ ਹੈ। ਲੈ ਵੀ ਇਹ ਹੈ ਲਾਲਾ ਧੂੜਕੋਟੀਆ। ਅਗਲੀ ਰੇਡ ਖੇਡ ਮੈਦਾਨ ਦੇ ਵਿੱਚ ਬੂਰਾ ਨਾਮ ਕਹਿੰਦੇ ਕਬੱਡੀ ਪਾ ਰਿਹਾ। ਇਹ ਹੈ ਬੂਰਾ ਪਾਉਂਦਾ ਹੋਇਆ ਕਬੱਡੀ। ਉੱਧਰ ਚਾਰ ਜਾਫੀ ਗਿੱਦੜ ਪਿੰਡ ਦੇ, ਦੇਖੋ ਕਿ ਮਹਿਫਲ ਦੀ ਜਿੰਨ ਜਾਨ ਪੰਜਾਬੀ ਸ਼ੇਰ ਨਗੱਲਾਂ ਨੂੰ। ਗਿੱਦੜ ਸ਼ੇਰ ਨਹੀਂ ਪਾਉਂਦੇ ਕਦੇ ਰੰਗਾ ਕੇ ਖੱਲਾਂ ਨੂੰ, ਖੁਦ ਗਰਦਾਰ ਨਹੀਂ ਕਹਿੰਦੇ ਜੋ ਗਰਦਾਰ ਪੰਜਾਬੀ ਹੈ। ਮੇਰਾ ਯਾਰ ਪੰਜਾਬੀ ਹੈ, ਮੇਰਾ ਪਿਆਰ ਪੰਜਾਬੀ ਹੈ। ਜ਼ੁਲਮ ਨੂੰ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਹੈ, ਜ਼ੁਲਮ ਨੂੰ ਰੋਕਣ ਵਾਲੀ ਇੱਕ ਤਲਵਾਰ ਪੰਜਾਬੀ ਹੈ। ਲੈ ਵੀ ਨੌਜਵਾਨ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ, ਗਿੱਦੜਾਂ ਵਾਲਾ ਮੁੰਡਾ ਕਬੱਡੀ ਪਾ ਰਿਹਾ। ਜਲਾਲ ਵਰਸ ਜੀ ਬੁਰਜ ਥਰੋੜ ਦਾ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਹੈ, ਇਹ ਵੀ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣਗੀਆਂ। ਜਲਾਲ ਵਰਸਜ ਬੁਰਜ ਥਰੋੜ ਦਾ ਮੈਚ ਆਉਣਾ ਹੈ। ਲੈ ਵੀ ਦੇਖ ਅੱਜ ਸੁਖਦੇਵ ਸਿੰਘ ਜੀ ਸੁੱਖਾ ਜੀ, ਅੱਜ ਦੁਨੀਆ ਦੇ ਸਟਾਰ ਖਿਡਾਰੀ ਪੁੱਜਣਗੇ। ਸਿਕੰਦਰ ਮਾੜੀ ਵਾਲਾ ਵੀ ਪੁੱਜਣਾ ਹੈ, ਜਿੱਥੇ ਕਹਿੰਦੇ ਸੁੱਖੇ ਵਰਗੇ ਵਕੀਲਾਂ ਵਾਲੇ ਦੇ ਸੁੱਖ ਅਰਦਾਸੇ ਨੇ ਪੁੱਜਣਾ, ਉੱਥੇ ਕਹਿੰਦੇ ਵੰਦ ਡੁੜ ਦੇ ਸੋਨੇ ਦੀਆਂ ਗੱਲਾਂ ਹੋਣਗੀਆਂ, ਭੈਣੀ ਵਾਲੇ ਗੋਰੇ ਦੀਆਂ ਅਲਕਣਿਆਂ ਵਾਲੇ ਦੌਲੀ ਦੀਆਂ ਗੱਲਾਂ ਹੋਣਗੀਆਂ, ਕੱਲਾਂ ਵਾਲੇ ਅੰਬੂ ਦੀਆਂ ਗੱਲਾਂ ਇਹਨਾਂ ਖੇਡ ਗਰਾਊਂਡਾਂ ਦੇ ਚੁਣਗੇ। ਲਓ ਪਾਈ ਹੋਈ ਕਬੱਡੀ ਖੇਡ ਮੈਦਾਨ ਦੇ ਵਿੱਚ, ਇਹ ਹੈ ਕਾਲੂ ਕਹਿੰਦੇ ਨੌਜਵਾਨ ਧੂੜਕੋਟੀਆ ਕਬੱਡੀ ਪਾ ਰਿਹਾ। ਲਓ ਗਿੱਦੜਾਂ ਵਾਲੇ ਦੇ ਨਾਲ ਮੁਕਾਬਲਾ ਫੇਰ ਸਕਦਾ ਹੈ, ਇਹ ਵੀ ਬੜਾ ਜ਼ਾਲਮ ਜਾਫੀ ਹੈ, ਪਰ ਦੇਖੋ ਕਾਲੂ ਕਹਿੰਦੇ ਬੜਾ ਤੇਜ਼ ਤਰ੍ਹਾਂ ਰੇਡਰ ਪੁਆਇੰਟ ਦਾ ਵਾਧਾ ਕਰਦਾ ਹੋਇਆ ਕਿ ਫਿਰੇ ਥਾਪੀਆਂ ਕੰਧਾਂ ਦੇ ਕੋਲੇ ਮਾਰਦਾ, ਪਤਾ ਲੱਗ ਜੂਗਾ ਤੋਲੇ ਹੋਏ ਭਾਰ ਦਾ, ਜਦੋਂ ਟੱਕਰੇ ਕੋਈ ਭੈੜੇ ਪਰਿਵਾਰ ਦਾ ਤਾਂ ਕਿਤੇ ਵੀ ਨਹੀਂ ਜੀ ਲੱਗਦਾ। ਘੋੜੀ ਘੋੜੀਆਂ 'ਚ ਦੇਖ ਲਈ ਭਜਾ ਕੇ ਅਤੇ ਘਰੇ ਪਤਾ ਕੀ ਲੱਗਦਾ, ਘੋੜੀ ਘੋੜੀਆਂ 'ਚ ਦੇਖ ਲਈ ਭਜਾ ਕੇ ਅਤੇ ਘਰੇ ਪਤਾ ਕੀ ਲੱਗਦਾ।
ਉਧਰ ਦਰਸ਼ਕ ਵੀਰਾਂ ਨੂੰ ਦੱਸ ਦਈਏ ਕਿ ਲਾਈਵ ਜਿਹੜਾ ਇਸ ਕਬੱਡੀ ਖੇਡ ਟੂਰਨਾਮੈਂਟ ਦਾ ਸ਼ੁਰੂ ਹੋ ਚੁੱਕਾ ਹੈ। ਆਪਣੇ ਸਕੇ ਸੰਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਤੁਸੀਂ ਦੱਸ ਸਕਦੇ ਹੋ, ਐਨਆਰਈ ਵੀਰਾਂ ਨੂੰ ਤੁਸੀਂ ਦੱਸ ਸਕਦੇ ਹੋ ਕਿ ਇਸ ਕਬੱਡੀ ਖੇਡ ਟੂਰਨਾਮੈਂਟ ਦਾ ਲਾਈਵ ਜਿਹੜਾ ਸ਼ੁਰੂ ਹੋ ਚੁੱਕਾ ਹੈ। ਕਬੱਡੀ 365.com ਤੇ ਜਿਹੜੀ ਇਕੱਲੀ ਇਕੱਲੀ ਕਬੱਡੀ ਜਿਹੜੀ ਇਕੱਲੀ ਇਕੱਲੀ ਰੇਡ ਦਿਖਾਈ ਜਾ ਰਹੀ ਹੈ, ਇਸ ਕਬੱਡੀ ਖੇਡ ਮੇਲੇ ਦਾ ਅੱਖੀ ਡਿੱਠਾ ਹਾਲ ਕਬੱਡੀ365.com ਦੇ ਜ਼ਰੀਏ ਵਿਦੇਸ਼ਾਂ ਦੇ ਵਿੱਚ ਦਿਖਾਇਆ ਜਾ ਰਿਹਾ ਹੈ। ਇੱਧਰ ਮੇਰਾ ਵੀਰ ਗਰਮੇਲ ਸਿਰੀਏ ਵਾਲਾ ਕਹਿੰਦੇ ਅੱਜ ਧਰਤੀ ਪੈਰ ਨਹੀਂ ਲੱਗਦਾ, ਦੇਖੋ ਪੂਰਾ ਖੁਸ਼ ਹੈ। ਇਹ ਹੈ ਗਿੱਦੜਾਂ ਵਾਲਾ ਪ੍ਰੀਤ ਕਬੱਡੀ ਪਾ ਰਿਹਾ ਹੈ। ਲਓ ਦੇਖੋ ਉਧਰਲੇ ਪਾਸੇ ਬਾਬੇ ਦੇ ਨਾਲ ਹੱਥ ਜੁੜੇ ਹੈ ਇੱਕ ਸ਼ੂਸ਼ਕ ਪਿੰਡ ਦਾ ਬਾਬਾ ਜਿਹੜਾ ਸਾਥੋਂ ਵਿਛੜਿਆ। ਇਹ ਹੈ ਬਾਬਾ ਧੂੜ ਘੋਟੀਆ ਫੜਿਆ ਹੋਇਆ ਲੱਕ ਨੌਜਵਾਨ ਨੇ। ਲਓ ਦੇਖੋ ਬੜੀ ਫਸਵੀਂ ਜੀ ਟੱਕਰ, ਅੜਾਤੀ ਫੱਕੀ ਕਲਾ ਥੱਲੇ ਤੀਕ ਚੱਕੀ, ਕਰਾਤੀ ਬੱਲੇ ਬੱਲੇ ਇੱਕ ਲੱਤ ਉੱਪਰ ਤੇ ਇੱਕ ਲੱਤ ਥੱਲੇ, ਪੁਆਇੰਟ ਜਿਹੜਾ ਇਸ ਸਮੇਂ ਜਾਫੀਆਂ ਦੇ ਖਾਤੇ ਜੁੜਦਾ ਹੋਇਆ। ਚੱਲ ਵੀ ਨੌਜਵਾਨ ਪਾ ਕਬੱਡੀ ਲਾਓ ਪੈਂਦੀ ਆ ਕਬੱਡੀ ਖੇਡ ਮੈਦਾਨ ਦੇ ਵਿੱਚ। ਬਹੁਤ ਸੋਹਣੇ ਮੁਕਾਬਲੇ ਜਿਹੜੇ ਖੇਡੇ ਜਾਣਗੇ, ਸਾਰੇ ਪ੍ਰਵਾਸੀ ਵੀਰ ਅੱਜ ਦੇ ਇਸ ਕਬੱਡੀ ਖੇਡ ਟੂਰਨਾਮੈਂਟ ਦੇ ਨਾਲ ਜੁੜਨਗੇ। ਅਸੀਂ ਸਾਰੇ ਵੀਰਾਂ ਦਾ ਸਮੇਂ ਸਮੇਂ ਦੇ ਨਾਲ ਧੰਨਵਾਦ ਵੀ ਕਰਦੇ ਰਵਾਂਗੇ। ਲਓ ਜਿਹੜੇ ਐਨਆਰਈ ਵੀਰਾਂ ਦੀ ਬਹੁਤ ਵੱਡੀ ਦੇਣ ਹੈ, ਜਿੱਥੇ ਮਨੀਲਾ ਮਿੱਤਰ ਮੰਡਲੀ ਨੇ 2,36,700 ਰੁਪਏ ਦੀ ਰਾਸ਼ੀ ਜਿਹੜੀ ਇਹਨਾਂ ਖੇਡਾਂ ਨੂੰ ਦਿੱਤੀ ਹੈ, ਉਹਨਾਂ ਵੀਰਾਂ ਦਾ ਵੀ ਅਸੀਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ। ਲਓ ਇਧਰਲੇ ਪਾਸੇ ਕਹਿੰਦੇ ਪੈਂਦੀ ਆ ਕਬੱਡੀ ਖੇਡ ਮੈਦਾਨ ਦੇ ਵਿੱਚ। ਲਓ ਮੁਕਾਬਲਾ ਫਿਰ ਬਾਬੇ ਦੇ ਨਾਲ ਸਖਤ ਹੋ ਚੁੱਕਾ ਹੈ। ਨੌਜਵਾਨ ਨੇ ਐਨ ਕਰਤਾ ਇਕੱਠਾ, ਕਹਿੰਦੇ ਮਰੋੜਤਾ ਮੰਗਦੀ ਗੰਦਲ ਵਾਂਗੂ, ਔਰ ਪੁਆਇੰਟ ਜਿਹੜਾ ਜਾਫੀਆਂ ਦੇ ਖਾਤੇ ਜੁੜਦਾ ਹੋਇਆ ਕਿ ਘਾਟ ਬਣ ਜਾਂਦਾ ਉਹ ਚਨਾ ਦਾ ਕੰਢਾ ਸਦਾ ਲਈ ਹਾਸਾ, ਜਿੱਥੇ ਡੁੱਲੇ ਕਿਸੇ ਕੁੜੀ ਨੂੰ ਭੋਲਦਾ, ਰਾਤੋ ਰਾਤ ਉੱਗ ਪੈਂਦੇ ਫੁੱਲਾਂ ਵਾਲੇ ਬੂਟੇ, ਉੱਥੇ ਆਸ਼ਕਾਂ ਨੇ ਝੂਟਾ ਜਿੱਥੇ ਲੈ ਲਿਆ ਚੰਡੋਲਦਾ, ਬਾਲਾ ਇਕੱਠ ਰਹਿੰਦਾ ਕਹਿੰਦੇ ਉਸ ਦੀ ਦੁਕਾਨ ਉੱਤੇ, ਜਿਹੜਾ ਸ਼ਾਹੂਕਾਰ ਸੌਦਾ ਪੂਰਾ ਪੂਰਾ ਤੋਲਦਾ, ਭਾਗਾਂ ਨਾਲ ਮਿਲਦਾ ਪਿਆਰ ਸੋਹਣੇ ਸੱਜਣਾ ਦਾ, ਕੰਧ ਵਾਲੇ ਦਾ ਬਰਾੜ ਤੇ ਰਾਇ ਕਹਿੰਦਾ ਸਿੱਧੂ ਸਦਾ ਸੱਚ ਬੋਲਦਾ, ਕੰਧ ਵਾਲੇ ਦਾ ਬਰਾੜ ਰਾਇ ਕਹਿੰਦਾ ਸਿੱਧੂ ਸਦਾ ਸੱਚ ਬੋਲਦਾ। ਵਾਕਈ ਕਹਿੰਦੇ ਭਾਗਾਂ ਦੇ ਨਾਲ ਪਿਆਰ ਦਿੱਤਾ ਗਿਆ, ਦੂਸਰੀ ਵਾਰ ਇਸ ਧਰਤੀ ਤੇ ਬੋਲਣ ਦਾ ਮਾਣ ਦਿੱਤਾ। ਗੁਰਮੇਲ ਪ੍ਰਧਾਨ ਵਰਗੇ, ਸੁਖਵਿੰਦਰ ਸੁੱਖੇ ਵਰਗੇ ਸਾਡੇ ਵੀਰਾਂ ਨੇ ਬੜਾ ਪਿਆਰ ਸਤਿਕਾਰ ਦਿੱਤਾ ਹੈ। ਅੱਜ ਅਸੀਂ ਵਿਸ਼ੇਸ਼ ਤੌਰ ਤੇ ਜਿਹੜੇ ਸੱਜਣਾਂ ਨੇ ਸਾਨੂੰ 1,000 ਤੋਂ ਉੱਪਰ ਦੀ ਰਾਸ਼ੀ ਜਿਹੜੀ ਸਾਨੂੰ ਦਿੱਤੀ ਹੈ, ਉਹਨਾਂ ਵੀਰਾਂ ਦਾ ਅਸੀਂ ਵਿਸ਼ੇਸ਼ ਤੌਰ ਤੇ ਮਾਣ ਸਨਮਾਨ ਕਰਨਾ ਹੈ। ਉਹ ਵੀਰ ਵੀ ਅੱਜ ਨੇੜੇ ਹੀ ਰਹਿਣਗੇ ਕਿਉਂਕਿ ਅਸੀਂ ਉਹਨਾਂ ਸ਼ਖਸੀਅਤਾਂ ਨੂੰ ਮਾਣ ਸਨਮਾਨ ਦੇਵਾਂਗੇ ਜਿਹੜੇ ਵੀਰਾਂ ਨੇ ਸਾਨੂੰ 1,000 ਰੁਪਏ ਤੋਂ ਉੱਪਰ ਦੀ ਮਹਿਕ ਸਹਾਇਤਾ ਦਿੱਤੀ ਹੈ। ਸਾਡਾ ਵੀ ਫਰਜ਼ ਬਣਦਾ ਹੈ ਉਹਨਾਂ ਨੂੰ ਪਿਆਰ ਸਤਿਕਾਰ ਦੇਣਾ, ਸਾਨੂੰ ਵੀ ਬੜਾ ਮਾਣ ਦਿੱਤਾ ਹੈ। ਲਓ ਖੇਡ ਮੈਦਾਨ ਦੇ ਵਿੱਚ ਇਹ ਹੈ ਕਾਲੂ ਕਹਿੰਦੇ ਕਬੱਡੀ ਪਾ ਰਿਹਾ ਹੈ। ਲਓ ਪੈਂਦੀ ਹੋਈ ਰੇਡ ਕਿ ਉਹੀ ਆਨ ਗਰਾਊਂਡਾਂ ਵਿੱਚ ਭਿੜਦੇ ਜਿੰਨਾ ਚੁੰਘੀਆਂ ਮੱਝਾਂ ਬੂਰੀਆਂ ਜੀ, ਉੜਦਾ ਪੰਛੀ ਜਿਨ੍ਹਾਂ ਨੇ ਬੁੱਲਾਂ ਵਿੱਚ ਲਾਉਣਾ, ਉਹਨਾਂ ਕੀ ਪਾਉਣੀਆਂ ਪੂਰੀਆਂ ਜੀ, ਆ ਕੇ ਮੈਦਾਨਾਂ ਵਿੱਚ ਉਹੀ ਜਿੱਤੇ ਜਿਨ੍ਹਾਂ ਕੁੱਟ ਕੁੱਟ ਖਾਧੀਆਂ ਚੂਰੀਆਂ ਜੀ, ਕੰਧ ਵਾਲੇ ਦਾ ਲੱਖਿਆ ਚੁੱਪ ਕਰ ਜਾ, ਆ ਜੇਬਾਂ ਵਿੱਚ ਵੜਦੇ ਘੂਰੀਆਂ ਜੀ, ਆ ਜੇਬਾਂ ਵਿੱਚ ਵੜਦੇ ਘੂਰੀਆਂ ਜੀ। ਲਓ ਖੇਡ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ ਕਬੱਡੀ ਪਾ ਰਿਹਾ। ਇਹ ਹੈ ਗਿੱਦੜਾਂ ਵਾਲਾ ਨੌਜਵਾਨ ਕਬੱਡੀ ਪਾਉਂਦਾ। ਅਗਲਾ ਮੈਚ ਬੁਰਜ ਥਰੋੜ ਵਰਸੀ ਜਲਾਲ ਦਾ ਜਿਹੜਾ ਸ਼ੁਰੂ ਹੋਣ ਜਾ ਰਿਹਾ ਹੈ, ਇਹ ਮੈਚ ਕਹਿੰਦੇ ਡਾਂਕੇ ਦੀ ਚੋਟ ਵਾਲਾ ਮੁਕਾਬਲਾ ਹੋਣਾ ਹੈ। ਇਸ ਮੈਚ ਤੋਂ ਜੇਤੂ ਦੀ ਟੀਮ ਧੂੜਕੋਟ ਦੀ ਟੀਮ ਨੇ ਮੁਕਾਬਲਾ ਜਿੱਤ ਲਿਆ ਹੈ। ਧੂੜਕੋਟ ਦੀ ਟੀਮ ਇਸ ਮੁਕਾਬਲੇ ਤੋਂ ਜੇਤੂ ਰਹੀ ਹੈ। ਉਧਰ ਮੇਰੇ ਵੀਰ ਵੱਖ ਵੱਖ ਡਿਊਟੀਆਂ ਜਿਹੜੀਆਂ ਨਿਭਾ ਰਹੇ ਹੈ, ਜਿੱਥੇ ਗੁਰਮੇਲ ਪ੍ਰਧਾਨ ਜੀ ਉੱਥੇ ਨਾਲ, ਇੱਧਰ ਬਾਈ ਸੁੱਖਾ ਜੀ ਨਾਲ, ਬਲਵਿੰਦਰ ਖਾਨੇਕਾ ਰਾਜਾ ਮਨੀਲਾ ਉੱਥੇ ਨਾਲ, ਮੇਰਾ ਵੀਰ ਹੁਕਮਾ ਬਰਾੜ ਕੁਲਦੀਪ ਖਾਲਸਾ ਜੀ ਸੇਵਾਵਾਂ ਦੇ ਰਹੇ ਹੈ। ਇੱਧਰ ਸਕੋਰਰ ਮੇਰਾ ਵੀਰ ਬਾਈ ਅਮਰਜੀਤ ਨਾਲ ਡਾਕਟਰ ਜਗਜੀਤ ਜੀ, ਉੱਧਰ ਨਾਲ ਮੇਰਾ ਵੀਰ ਕਬੱਡੀ 75 ਕਿਲੋ ਦੀਆਂ ਟਾਈਆਂ ਜਿਹੜੀਆਂ ਪਾ ਦਿਓ ਬਾਈ ਹੁਕਮਾ ਜੀ, ਟਾਈਆਂ ਜਿਹੜੀਆਂ ਪਾ ਦਿਓ। ਇੱਧਰ ਮੇਰਾ ਵੀਰ ਬਾਈ ਕੂਕਾ ਜੀ ਦੁਕਾਨਦਾਰ, ਇਹ ਵੀ ਵਿਸ਼ੇਸ਼ ਤੌਰ ਤੇ ਹੂਟਰ ਦੀ। ਹੈਲੋ ਬਾਈ, 75 ਕਿਲੋ ਦੀਆਂ ਟਾਈਆਂ ਪੈਣ ਲੱਗੀਆਂ ਜਿਹੜੀਆਂ ਸਾਡੇ ਕੋਲ, 12 ਟੀਮਾਂ ਐਂਟਰ ਹੋਈਆਂ।
ਬਾਈ ਜੇ ਕਿਸੇ ਖਿਡਾਰੀ ਨੇ ਪਹੁੰਚਣਾ ਤਾਂ ਸਾਡੇ ਕੋਲੇ 2 ਮਿੰਟਾਂ 'ਚ ਪਹੁੰਚ ਜੇ, ਬਾਅਦ 'ਚ ਨਾ ਮੇਰੇ ਵੀਰ ਇਤਰਾਜ਼ ਕਰਨ ਵੀ ਸਾਡੇ ਤੋਂ ਬਿਨਾਂ ਪੁੱਛੇ ਤੋਂ ਟਾਈਆਂ ਪਾ ਲੀਆਂ। ਵੀਰੇ 2 ਮਿੰਟਾਂ ਤੋਂ ਪਹਿਲਾਂ ਪਹਿਲਾਂ ਐਂਟਰੀ ਕਾਊਂਟਰ ਤੇ ਪਹੁੰਚ ਜਾਓ, ਤੁਹਾਨੂੰ ਬੇਨਤੀ ਆ ਬਾਅਦ 'ਚ ਨਾ ਇਤਰਾਜ਼ ਕਰਿਓ। ਉੱਥੇ ਨਾਲ 75 ਵਾਲੇ ਬਾਈ ਹਰਪਾਲ ਸੋਨਾ ਲਵਲੀ ਮਾਂਗਟ ਤਾਰੀ ਬਰਾੜ ਵਰਗੇ ਸਾਧੂ ਵਰਗੇ ਨਾਲ ਗੁਰਚੇਤ ਚੇਤੇ ਵਰਗੇ ਸਾਰੇ ਵੀਰ ਸਵਾਵਾਂ ਦੇ ਰਹੇ ਆ। ਦਾਰਾ ਸਿੱਧੂ ਕੁੱਕੀ ਦੁਕਾਨਦਾਰ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਸਮੇਂ ਸਮੇਂ ਦੇ ਨਾਲ ਬਾਈ ਗੋਰੇ ਵਰਗੇ ਜਿਹੜੇ ਇਸ ਕਬੱਡੀ ਦੇ ਖੇਡ ਟੂਰਨਾਮੈਂਟ ਦੇ ਸਵਾਵਾਂ ਦੇ ਰਹੇ ਆ। ਉੱਥੇ ਸਮੁੱਚੀ ਗ੍ਰਾਮ ਪੰਚਾਇਤ ਸਾਡੇ ਨਗਰ ਦੇ ਸਰਪੰਚ ਸਾਹਿਬ ਉਹਨਾਂ ਦਾ ਵੀ ਅਸੀਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ। ਹਰਭਜਨ ਸਿੰਘ ਜੀ ਮੌਜੂਦਾ ਸਰਪੰਚ, ਉੱਥੇ ਨਾਲ ਸਰਦਾਰ ਦਰਸ਼ਨ ਸਿੰਘ ਜੀ ਸਾਬਕਾ ਸਰਪੰਚ ਸਮੁੱਚੀ ਗ੍ਰਾਮ ਪੰਚਾਇਤ, ਅੱਜ ਵਧਾਈ ਦੇ ਪਾਤਰ ਹੈ ਜਿਨ੍ਹਾਂ ਨੇ ਵੱਡੇ ਸਹਿਯੋਗ ਦੇ ਕੇ ਇਹ ਖੇਡਾਂ ਕਰਾਈਆਂ। ਲਓ ਤੱਕੀਏ ਨਜ਼ਾਰਾ, ਕਹਿੰਦੇ ਮੁਕਾਬਲਾ ਦੇਖਣ ਵਾਲਾ ਹੈ। ਬੁਰਜ ਥਰੋੜ ਦੀ ਟੀਮ ਦੋਸਤੋ ਚਲੀ ਗਈ ਹੈ ਪਿੰਡ ਵਾਲੇ ਪਾਸੇ, ਬੁਰਜ ਥਰੋੜ ਦੀ ਟੀਮ ਹੈ ਆਹ ਟੀਮ। ਕਹਿੰਦੇ ਜਲਾਲ ਪਿੰਡ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਦਾ ਪਿੰਡ ਹੈ, ਸਵਰਗੀ ਕੁਲਦੀਪ ਮਾਨਕ ਦੇ ਪਿੰਡੂ ਇਹ ਜਲਾਲ ਪਿੰਡ ਦੀ ਟੀਮ ਕਹਿੰਦੇ ਚਲੀ ਗਈ ਹੈ ਖੇਤਾਂ ਵਾਲੇ ਪਾਸੇ। ਇਹ ਹੈ ਨਾਨਕ, ਕਹਿੰਦੇ ਨੌਜਵਾਨ ਰਾਮਪੁਰੇ ਵਾਲਾ ਕਬੱਡੀ ਪਾ ਕੇ ਗਿਆ। ਇਹ ਹੈ ਨਾਨਕ, ਰਾਮਪੁਰੇ ਦੀ ਧਰਤੀ ਦਾ ਪੁਆਇੰਟ ਦਾ ਵਾਧਾ ਕਰਦਾ। ਇੱਧਰ ਮੇਰਾ ਵੀਰ ਗੱਗੂ ਜਲਾਲ ਆਖਦਾ ਵੀ ਜਲਾਲ ਦੇ ਖਿਡਾਰੀ ਜਿੰਨੇ ਵੀ ਜੱਫੇ ਲਾਉਣਗੇ ਪਰ ਜੱਫੇ ਤੇ ਕਹਿੰਦੇ 100 ਰੁਪਏ ਦੇ ਮਾਨ ਹੋਣਗੇ। ਇਹ ਹੈ ਕਾਕਾ, ਕਹਿੰਦੇ ਲੌਂਗੋਵਾਲ ਨਗਰ ਇਸ ਨੌਜਵਾਨ ਦਾ, ਡਿਸਟ੍ਰਿਕਟ ਲੁਧਿਆਣਾ ਹੈ। ਇਹ ਹੈ ਲੁਧਿਆਣੇ ਵਾਲਾ ਨੌਜਵਾਨ ਖੇਡ ਮੈਦਾਨ ਦੇ ਵਿੱਚ ਕਿ ਹੋਇਆ ਕਿ ਜੇ ਕੁੜੀ ਤੂੰ ਵੀ ਦਿੱਲੀ ਸ਼ਹਿਰ ਦੀ ਨੀ, ਮੈਂ ਵੀ ਜੱਟ ਲੁਧਿਆਣੇ ਦਾ। ਹੋਇਆ ਕਿ ਜੇ ਕੁੜੀ ਤੂੰ ਵੀ ਦਿੱਲੀ ਸ਼ਹਿਰ ਦੀ ਨੀ, ਮੈਂ ਵੀ ਜੱਟ ਲੁਧਿਆਣੇ ਦਾ। ਇਹ ਹੈ ਲੁਧਿਆਣੇ ਵਾਲਾ ਜੱਗੂ ਵੀਰ ਖੇਡ ਮੈਦਾਨ ਦੇ ਵਿੱਚ ਕਾਕਾ ਇਸ ਸਮੇਂ ਬਹਿਜਾ ਬਹਿਜਾ ਕਰਾ ਰਿਹਾ। ਇਹ ਸਿਕੰਦਰ ਕਹਿੰਦੇ ਕਬੱਡੀ ਪਾ ਰਿਹਾ, ਇੱਕ ਤਾਮ ਕੋਟੀਆ, ਇੱਕ ਕਹਿੰਦੇ ਦੁਨੀਆ ਜਿੱਤਣ ਵਾਲਾ, ਇੱਕ ਇਹ ਹੈ ਸਿਕੰਦਰ ਕਹਿੰਦੇ ਜਲਾਲ ਵਾਲਾ ਕਬੱਡੀ ਪਾ ਕੇ ਆਇਆ। ਲੈ ਵੀ ਕਾਕਿਆ ਪਾ ਕਬੱਡੀ ਐਨ, ਕਹਿੰਦੇ ਮੁੰਡੇ ਨੇ ਸਰੀਰ ਸਾਂਭ ਕੇ ਰੱਖਿਆ ਜਿਵੇਂ ਕਿਸੇ ਚੰਗੇ ਜਿਮੀਦਾਰ ਨੇ 4 ਟਰੈਕਟਰ ਸਾਂਭਿਆ ਹੋਵੇ। ਇਹ ਹੈ ਨੌਜਵਾਨ ਲੌਂਗੋਵਾਲ ਦੀ ਧਰਤੀ ਦਾ ਕਾਕਾ ਕਬੱਡੀ ਪਾ ਰਿਹਾ ਕਿ ਚੱਲ ਚੱਲੀਏ ਦੇਖਣ ਕਬੱਡੀ, ਚੱਲ ਚੱਲੀਏ ਦੇਖਣ ਕਬੱਡੀ, ਲੈ ਚੱਲ 4 ਟਰੈਕਟਰ ਜਾ ਤੂੰ ਗੱਡੀ, ਅੱਜ ਦੇਖਣਾ ਹੈ ਪਲੇਅਰਾਂ ਨੂੰ, ਹੁਣ ਆਉਂਦਾ ਹੀ ਲੇਟ ਬਦਲ ਛੇਤੀ ਗੇਰਾਂ ਨੂੰ, ਹੁਣ ਆਉਂਦਾ ਹੀ ਲੇਟ ਬਦਲ ਛੇਤੀ ਗੇਰਾਂ ਨੂੰ। ਲਓ ਪੈਂਦੀ ਹੈ ਕਬੱਡੀ ਖੇਡ ਮੈਦਾਨ ਵਿੱਚ। ਇਹ ਹੈ ਨੌਜਵਾਨ ਕਾਕਾ ਲੌਂਗੋਵਾਲ ਦੀ ਧਰਤੀ ਦਾ। ਲਓ ਕੀਤਾ ਹੋਇਆ ਟੱਚ ਖੇਡ ਮੈਦਾਨ ਵਿੱਚ, ਲਓ ਪੁਆਇੰਟ ਧਾਵੀ ਦਾ। ਹੈਲੋ, ਲੈ ਵੀ ਦਰਸ਼ਕੋ ਜੇ ਕਬੱਡੀ ਦਾ ਸਵਾਦ ਆ ਰਿਹਾ ਇੱਕ ਜ਼ੋਰਦਾਰ ਤਾੜੀ ਮਾਰ ਕੇ ਦੱਸੋ। ਵਾਕਈ ਕਹਿੰਦੇ ਮੁਕਾਬਲਾ ਹੈ ਨਾ, ਕਹਿ ਗੱਦਮਾ ਖੇਡਿਆ ਜਾ ਰਿਹਾ ਦੋਵੇਂ ਟੀਮਾਂ ਦੇ ਚਕਾਰ, ਕਬੱਡੀ ਦੀ ਜੰਗ ਸ਼ੁਰੂ ਹੋਈ ਹੈ ਕਿ ਜੰਗ ਜਿੱਤਣ ਦੇ ਵਾਸਤੇ ਜਿਹੜਾ ਹਰਦਮ ਰਹੇ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ, ਜਿਹੜਾ ਪਹਿਲਾ ਕਰਜੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ, ਜਿਹੜਾ ਪਹਿਲਾ ਕਰਜੇ ਵਾਰ। ਬਾਈ 75 ਵਾਲਿਆਂ ਨੂੰ ਬੇਨਤੀ ਆ ਕਿ ਅੱਧੇ ਮਿੰਟ ਦੇ ਵਿੱਚ ਵਿੱਚ ਆ ਜਾਣ, ਨਹੀਂ ਟਾਈਆਂ ਕੱਢਣ ਲੱਗਿਆ ਬਾਅਦ 'ਚ ਨਾ ਮੇਰੇ ਵੇ ਇਤਰਾਜ਼ ਕਰਨ। ਦਰਸ਼ਨ ਸਿੰਘ ਜੀ ਕੈਨੇਡਾ, ਉਹ ਵੀ ਲੱਖ ਲੱਖ ਮੁਬਾਰਕਬਾਦ ਦਿੰਦੇ ਆ। ਆ ਕਹਿੰਦੇ ਲੌਂਗੋਵਾਲੀ ਆ ਕਾਕਾ, ਕਹਿੰਦੇ ਕਬੱਡੀ ਜੱਗ ਦੇ ਵਿੱਚ ਨੌਜਵਾਨ ਦਾ ਨਾਂ ਬਣਿਆ, ਐਵੇਂ ਨਹੀਂ ਕਹਿੰਦੇ ਲੁਧਿਆਣੇ ਜ਼ਿਲ੍ਹੇ ਦੇ ਵਿੱਚੋਂ ਬੁਰਜ ਥਰੋੜ ਦੇ ਲਈ ਮੰਗਾਇਆ। ਇਹ ਹੈ ਲੌਂਗੋਵਾਲੀ ਆ ਕਾਕਾ, ਕਹਿੰਦੇ ਕਬੱਡੀ ਜੱਗ ਦੇ ਵਿੱਚ ਬੜਾ ਪ੍ਰਸਿੱਧ ਹੋ ਗਿਆ, ਚੱਲ ਵੀ ਨੌਜਵਾਨ ਪਾ ਕਬੱਡੀ। ਉੱਧਰ ਮੁਕਾਬਲਾ ਕਹਿੰਦੇ ਬੁਰਜ ਥਰੋੜ ਵਾਲੇ ਦੇ ਨਾਲ ਪਰ ਪੁਆਇੰਟ ਧਾਵੀ ਦਾ। ਬੁਰਜ ਥਰੋੜ ਵਾਲੇ, ਉਹ ਜੱਫੇ ਦੀ ਜ਼ਰੂਰਤ ਹੈ, ਜੱਫੇ ਦੀ ਜਿਹੜੀ ਲੋੜ ਹੈ, ਹਜੇ ਅੱਧਾ ਕੁ ਪੁਆਇੰਟ ਜਿਹੜੀ ਉੱਪਰ ਟੀਮ ਜਲਾਲ ਪਿੰਡ ਦੀ ਚੱਲ ਰਹੀ ਹੈ। ਲਓ ਦੇਖੋ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਕਾਕਾ ਲੌਂਗੋਵਾਲੀ ਆ। ਬੁਰਜ ਥਰੋੜ ਦਾ ਜਿਹੜਾ ਜਾਫੀ ਨਾਨਕ ਨੂੰ ਜੱਫਾ ਲਾਊਗਾ ਉਹਦੇ ਲਈ ਮੇਰਾ ਵੀਰ ਜੱਗੂ ਸਿੰਘਾਪੁਰ ਵਾਲਾ ਆਖਦਾ ਕਿ 200 ਰੁਪਏ ਦੇ ਵੱਡੇ ਮਾਨ ਹੋਣਗੇ। ਉੱਧਰ ਸਾਡੇ ਸਾਧੂ ਸਿੰਘ ਜੀ ਵੀ ਨਾਲ ਨਾਲ ਕੋਚਿੰਗ ਦੇ ਰਹੇ ਹੈ, ਨਾਲ ਨਾਲ ਚਾਹ ਦੀ ਚੁਸਕੀ ਦਾ ਸਵਾਦ ਲੈ ਰਹੇ ਹੈ। ਦੇਖੋ ਪੈ ਰਹੀ ਹੈ ਕਬੱਡੀ ਖੇਡ ਮੈਦਾਨ ਦੇ ਵਿੱਚ।
ਇਹ ਹੈ ਲੌਂਗੋਵਾਲੀਆ ਕਾਕਾ ਖੇਡ ਮੈਦਾਨ ਦੇ ਵਿੱਚ ਪਾਉਂਦਾ ਹੋਇਆ ਕਬੱਡੀ ਕਿ ਲੰਮੀ ਪਾਰੀ ਖੇਡੇ ਕਾਕਾ ਕਾਰੀ ਸਾਰੀ ਦਾ ਲੰਮੀ ਪਾਰੀ ਖੇਡੇ ਕਾਕਾ ਕਾਰੀ ਸਾਰੀ ਦਾ ਲਓ ਦੇਖੋ ਦੇਵ ਦਿਆਲਪੁਰੇ ਵਾਲੇ ਦਾ ਫੈਸਲਾ ਕਿ ਪੁਆਇੰਟ ਜਾਫੀਆਂ ਦਾ ਪੁਆਇੰਟ ਜਾਫੀਆਂ ਦਾ ਰੈਫਰੀ ਦੇ ਨਾਲ ਕਿੰਤੂ ਪ੍ਰੰਤੂ ਨਹੀਂ ਪੁਆਇੰਟ ਜਾਫੀਆਂ ਦਾ ਲਓ ਖੇਡ ਮੈਦਾਨ ਦੇ ਵਿੱਚ ਇਹ ਹੈ ਲੌਂਗੋਵਾਲੀਆ ਕਾਕਾ ਕਹਿੰਦੇ ਕਬੱਡੀ ਭਾਰ ਹੈ ਬਹੁਤ ਸੋਹਣੀ ਖੇਡ ਖੇਡੀ ਜਾ ਰਹੀ ਹੈ ਉਧਰ ਜਲਾਲ ਵਾਲਾ ਹਰਪਾਲ ਕਦੇ ਕੱਛਾ ਪਾਉਂਦਾ ਕਾਲਾ ਤੇ ਕਦੇ ਪਾਉਂਦਾ ਲਾਲ ਆ ਲੌਂਗੋਵਾਲੀਆ ਕਾਕਾ ਪਾਈ ਫਿਰੇ ਧਮਾਲ ਪਾਈ ਫਿਰੇ ਧਮਾਲ ਲੈ ਵੀ ਬੁਰਜ ਥੋੜਦਾ ਹਰੇ ਜਿਹੜਾ ਊਠ ਪਹਾੜ ਕੇ ਨੀਚੇ ਹੈ ਹਰੇ ਜਿਹੜੀ ਕਰੋ ਜਾਂ ਮਰੋ ਵਾਲੀ ਗੱਲ ਬੁਰਜ ਥੋੜ ਦੇ ਖਿਡਾਰੀਆਂ ਨੂੰ ਅਪਣਾਉਣੀ ਪੈਣੀ ਹੈ ਲੈ ਵੀ ਦੇਖ ਵੀਰ ਦੱਸੇ ਖੇਡ ਮੈਦਾਨ ਦੇ ਵਿੱਚ ਪੈਂਦੀ ਹੈ ਕਬੱਡੀ ਹੋਰੀ ਪਾਸੇ ਇਹ ਹੈ ਸ਼ਿਕੰਦਰ ਕਹਿੰਦੇ ਕੱਦ ਮੱਛੀ ਮੋਟਰ ਜਿੱਡਾ ਪਰ ਕੰਮ ਹੱਚ ਦੇ ਟਰ ਨਾਲ ਵੱਡੇ ਕਰਦਾ ਇਹ ਹੈ ਸ਼ਿਕੰਦਰ ਸ਼ਿਕੰਦਰ ਨੂੰ ਕਹਿੰਦੇ ਜੱਫਾ ਲਾਉਣਾ ਕੋਈ ਸੌਖੀ ਗੱਲ ਨਹੀਂ ਦਰਿਆ ਨੂੰ ਬੰਨ ਮਰਨ ਤੋਂ ਵੱਡੀ ਗੱਲ ਹੈ ਲੈ ਵੀ ਨੌਜਵਾਨ ਪਾ ਕਬੱਡੀ ਕਿ ਮਾਮਾ ਠੰਡੀਆਂ ਛਾਵਾਂ ਛਾਵਾਂ ਕੌਣ ਕਰੇ ਮਾਮਾ ਦੇ ਹਰਜਾਨੇ ਲੋਕੋ ਕੌਣ ਪਰੇ ਮਾਮਾ ਦੇ ਹਰਜਾਨੇ ਲੋਕੋ ਕੌਣ ਪਰੇ ਵਾਕਈ ਕਹਿੰਦੇ ਛੀਣੀਆਂ ਮਾਵਾਂ ਦੇ ਸ਼ੇਰ ਪੁੱਤਾਂ ਦੀਆਂ ਝਾਉਟਾਂ ਖੇਡ ਮੈਦਾਨ ਦੇ ਵਿੱਚ ਦੇਖਣ ਨੂੰ ਮਿਲ ਗਈਆਂ ਲਓ ਇਹ ਹੈ ਲੌਂਗੋਵਾਲੀਆ ਕਾਕਾ ਕਬੱਡੀ ਪਾ ਰਿਹਾ ਲੈ ਵੀ ਜੱਗੂ ਵੀਰ 100 ਰੁਪਇਆ ਕਾਕੇ ਦੇ ਲਈ ਤੇਰੇ ਵੱਲੋਂ ਹੈ ਇਹ ਹੈ ਨੌਜਵਾਨ ਲੌਂਗੋਵਾਲੀਆ ਕਾਕਾ ਆਊਟ ਪਾਇਆ ਬਾਘਾ ਬਾਰਡਰ ਲਓ ਪੁਆਇੰਟ ਜਿਹੜਾ ਇਸ ਸਮੇਂ ਜਲਾਲ ਪਿੰਡ ਦੇ ਖਾਤੇ ਜੁੜਦਾ ਹੋਇਆ ਹੁਣ ਜਿਹੜਾ ਜਮਾਂ ਹੀ ਕਹਿੰਦੇ ਊਠ ਪਹਾੜ ਕੇ ਨੀਚੇ ਆ ਗਿਆ ਬੁਰਜ ਸੋੜ ਦਾ ਲੈ ਵੀ ਨੌਜਵਾਨ ਪਾ ਕਬੱਡੀ ਇਹ ਹੈ ਨਾਨਕ ਰਾਮਪੁਰੇ ਦੀ ਧਰਤੀ ਜਿਸ ਪਿੰਡ ਦਾ ਰਿੱਕੀ ਸਿੱਧੂ ਖੇਡ ਪ੍ਰਮੋਟਰ ਮਸ਼ਹੂਰ ਹੋਇਆ ਜਿਸ ਪਿੰਡ ਦੇ ਲਾਡੀ ਨੂੰ ਦੁਨੀਆ ਜਾਣਦੀ ਹੈ ਉਧਰ ਕਹਿੰਦੇ ਬੁਰਜ ਥਰੋੜ ਵਾਲੇ ਨਾਲ ਮੁਕਾਬਲਾ ਪਰ ਪੁਆਇੰਟ ਧਾਵੀ ਦਾ ਪੁਆਇੰਟ ਧਾਵੀ ਦਾ ਦਰਸ਼ਕ ਜਿਹੜੇ ਅੰਦਾਜ਼ੇ ਲਾ ਰਹੇ ਹੈ ਕਿ ਜਲਾਲ ਦੀ ਟੀਮ ਹਜੇ ਤੱਕ ਬੜਤ ਮਨਾ ਰਹੀ ਹੈ ਹੁਣ ਗੱਲ ਕਹਿੰਦੇ ਕਸੂਤੀ ਜੀ ਬਣੀ ਪਈ ਹੈ ਬੁਰਜ ਥਰੋੜ ਦੇ ਲਈ ਇੱਕ ਪਾਸੇ ਕਾਕਾ ਕਹਿੰਦੇ ਲੌਂਗੋਵਾਲੀਆ ਇਕੱਲਾ ਕਬੱਡੀਆਂ ਪਾ ਰਿਹਾ ਕਿ ਉੱਠ ਕਰ ਹੌਸਲਾ ਆ ਮੈਦਾਨ ਅੰਦਰ ਜਿੱਤ ਹਾਰ ਪਰਮਾਤਮਾ ਦੇ ਵੱਸ ਹੁੰਦੀ ਹੌਸਲਾ ਚਾਹੀਦਾ ਹਰ ਇਨਸਾਨ ਅੰਦਰ ਹੌਸਲਾ ਚਾਹੀਦਾ ਹਰ ਇਨਸਾਨ ਅੰਦਰ ਆ ਮੁੰਡੇ ਦਾ ਵੀ ਕਹਿੰਦੇ ਸਟੈਮਿਨਾ ਦੇਖੋ ਵੀ ਕਿੰਨੀ ਇਹ ਰੇਸ ਲਾਉਂਦਾ ਹੋਣਾ ਕਿੰਨੀ ਮਿਹਨਤ ਲਾਉਂਦਾ ਹੋਣਾ ਕਿੰਨੀ ਖੁਰਾਕ ਖਾਂਦਾ ਹੋਣਾ ਅੰਦਾਜ਼ਾ ਲਾਓ ਇਹ ਨੌਜਵਾਨ ਦਾ ਵੀ ਸਟੈਮਿਨਾ ਹੈ ਇਕੱਲਾ ਕਬੱਡੀਆਂ ਪਾ ਰਿਹਾ ਕਿ ਤਾੜੀ ਮਾਰੋ ਇਸ ਨੌਜਵਾਨ ਦੇ ਨਾਤੇ ਇਹ ਹੈ ਲੌਂਗੋਵਾਲੀਆ ਕਾਕਾ ਕਹਿੰਦੇ ਇਸ ਸਮੇਂ ਕਬੱਡੀ ਪਾ ਕੇ ਆ ਗਏ ਕਿ ਕਬੱਡੀ ਨਾਲ ਪੰਜਾਬੀਆਂ ਨੂੰ ਇਸ ਕਢਾਦਾ ਇੱਧਰ ਮੇਰਾ ਵੀਰ ਦੀਪੀ ਵੱਡੇ ਮਾਨ ਕਾਕੇ ਲੌਂਗੋਵਾਲ ਦੇ ਲਈ ਭੇਜਦਾ ਹੈ ਵੱਡਾ ਧੰਨਵਾਦ ਹੈ ਇੱਧਰ ਮੇਰਾ ਵੀਰ ਗੁਰਪ੍ਰੀਤ ਇਲੈਕਟ੍ਰੀਸ਼ਨ ਕਾਕੇ ਲੌਂਗੋਵਾਲ ਦੇ ਲਈ 100 ਦੇ ਵੱਡੇ ਮਾਨ ਨਾਲ ਮੇਰਾ ਵੀਰ ਦੀਪੀ ਉਹਨਾਂ ਵੱਲੋਂ ਵੱਡੇ ਮਾਨ ਪੁੱਜੇ ਹੈ ਲੈ ਵੀ ਕਾਕਿਆ ਤਕੜਾ ਹੋ ਕੇ ਕਬੱਡੀਆਂ ਪਾ ਦੇ ਨੌਜਵਾਨਾਂ ਤਕੜਾ ਹੋ ਕੇ ਕਬੱਡੀਆਂ ਪਾ ਦੇ ਕਿ ਕਬੱਡੀ ਨਾਲ ਪੰਜਾਬੀਆਂ ਨੂੰ ਇਸ਼ਕ ਡਾਢਾ ਜਿਵੇਂ ਮੱਕੀ ਦੀ ਰੋਟੀ ਨਾਲ ਮੱਖਣ ਸਾਗਦਾ ਏ ਪੰਜਾਂ ਦਰਿਆਵਾਂ ਦੀ ਗੋਦ ਵਿੱਚੋਂ ਇਹ ਖੇਡ ਜਨਮੀ ਪੰਜਾਬੀ ਪੁੱਤਰਾਂ ਵਾਂਗ ਇਸ ਨੂੰ ਪਾਲਦਾ ਏ ਜਿੱਥੇ ਜਾ ਬਹਿ ਗਈ ਉੱਥੇ ਨਾਲ ਲੈ ਗਏ ਗਿੱਧਾ ਭੰਗੜਾ ਸ਼ੌਕ ਕਮਾਲਦਾ ਏ ਹੁਣ ਵਿੱਚ ਪ੍ਰਦੇਸਾਂ ਵਿੜਿੰਗ ਤੱਕੇ ਤੌਰ ਪੰਜਾਬ ਦਾ ਠਾਠਾ ਪਿਆ ਮਾਰਦਾ ਏ ਤੌਰ ਪੰਜਾਬ ਦਾ ਠਾਠਾ ਪਿਆ ਮਾਰਦਾ ਏ ਇਹ ਹੈ ਲੌਂਗੋਵਾਲੀਆ ਕਾਕਾ ਜਿਹੜਾ ਇਸ ਸਮੇਂ ਖੇਡ ਮੈਦਾਨ ਵਿੱਚ ਧਾਵੇ ਬੋਲ ਰਹੇ ਹੈ ਕਿ ਮਾੜਾ ਖੇਡ ਕੇ ਪਲੇਅਰ ਹੁੰਦਾ ਤਕੜਾ ਮਾੜਾ ਖੇਡ ਕੇ ਪਲੇਅਰ ਹੁੰਦਾ ਤਕੜਾ ਤਕੜਾ ਕੋਈ ਸਿੱਧਾ ਨਹੀਂ ਉਹ ਜੰਮਦਾ ਜਿਹੜਾ ਰਾਤੋ ਰਾਤ ਫਿਰੇ ਬੰਨ ਨੂੰ ਸਟਾਰ ਉਹ ਨਹੀਂ ਉਹ ਰਹਿੰਦਾ ਕਿਸੇ ਕੰਮ ਦਾ ਨੀਲਾ ਵਾਲਾ ਮੋਹਣਾ ਗੱਲ ਸੱਚ ਲਿਖਦਾ ਹੌਲੀ ਹੌਲੀ ਪੌੜੀ ਬੰਦਾ ਚੜ੍ਹ ਨਹੀਂ ਸਕਦਾ ਹੌਲੀ ਹੌਲੀ ਪੌੜੀ ਬੰਦਾ ਚੜ੍ਹ ਨਹੀਂ ਸਕਦਾ ਬਾਕੀ ਕਹਿੰਦੇ ਪੁਆਇੰਟ ਧਾਵੀ ਦਾ ਹੈਲੋ ਹੈਲੋ ਬਾਈ 62 ਕਿਲੋ ਦੇ ਚਾਰਾਂ ਟੀਮਾਂ ਦੇ ਖਿਡਾਰੀ ਨੂੰ ਬੇਨਤੀ ਆ ਵੀ ਪਹੁੰਚ ਜਾਣ ਅਸੀਂ ਟਾਈਆਂ ਪਾਉਣ ਲੱਗੇ ਆ 62 ਕਿਲੋ ਦੇ ਖਿਡਾਰੀ 2 ਮਿੰਟਾਂ ਦੀ ਕਾਲ ਆ ਬਾਈ ਕਬੱਡੀ 75 ਕਿਲੋ ਕੋਰ ਸਿੰਘ ਵਾਲਾ ਤੇ ਤਾਇਆ ਰਾਂਝਾ ਕਲੱਬ ਬਰਗਾੜੀ ਦਾ ਅਗਲਾ ਮੈਚ ਹੈ ਇਹ ਟੀਮਾਂ ਜਲਦੀ ਦੇ ਨਾਲ ਖੇਡ ਗਰਾਊਂਡ 'ਚ ਆਉਣਗੀਆਂ ਕੋਰ ਸਿੰਘ ਵਾਲਾ ਤੇ ਤਾਇਆ ਰਾਂਝਾ ਕਲੱਬ ਬਰਗਾੜੀ ਦਾ ਪਹਿਲਾ ਮੈਚ ਅਗਲਾ ਮੈਚ ਕਬੱਡੀ 75 ਕਿਲੋ ਦਾ ਹੈ ਦੋਵੇਂ ਟੀਮਾਂ ਜਲਦੀ ਦੇ ਨਾਲ ਖੇਡ ਗਰਾਊਂਡ 'ਚ ਆਉਣਗੀਆਂ
ਖੋਟੇ ਮਹਿਰਾਜ ਧੂੜਕੋਟ 62 ਕਿਲੋ ਦੇ ਕੇ ਖਿਡਾਰੀ ਆ ਜੇ ਬਾਈ ਆਕਲੀਆ ਜਲਾਲ ਆਕਲੀਆ ਜਲਾਲ ਤੇ ਦੇਸੂ ਜੋਧੇ ਦਾ ਮੁਕਾਬਲਾ ਹੋਣਾ ਥੋੜੀ ਜੀ ਆਵਾਜ਼ ਜਿਹੜੀ ਘੱਟ ਕਰ ਦਿਓ ਸਾਊਂਡ ਮਾਸਟਰ ਥੋੜੀ ਜੀ ਆਵਾਜ਼ ਡਾਊਨ ਕਰ ਦਿਓ ਲਾਓ ਖੇਡ ਮੈਦਾਨ ਦੇ ਵਿੱਚ ਪੈਂਦੀ ਹੈ ਕਬੱਡੀ ਇਹ ਹੈ ਬੁਰਜ ਥੋੜਦਾ ਗੱਭਰੂ ਕਬੱਡੀ ਪਾ ਰਿਹਾ ਤੇ ਜਾਂਦੇ ਸਾਰ ਕਹਿੰਦੇ ਨੌਜਵਾਨ ਐਨ ਚਮ ਚੜਕਣ ਨੂੰ ਚੁੰਬੜ ਗਿਆ ਲਓ ਪੁਆਇੰਟ ਜਿਹੜਾ ਜਾਫੀਆਂ ਦੇ ਖਾਤੇ ਜੁੜਦਾ ਹੈ ਪੁਆਇੰਟ ਜਿਹੜਾ ਸਟਾਪਣਾ ਦੇ ਖਾਤੇ ਜੁੜਦਾ ਹੋਇਆ ਇਸੇ ਨਾਲ ਖਿਡਾਰੀ ਆ ਜੇ 62 ਕਿਲੋ ਦਾ ਧੂੜਕੋਟ ਦਾ ਇਸੇ ਨਾਲ ਮੁਕਾਬਲਾ ਸਮਾਪਤ ਹੈ ਇਹਦੇ ਚੋਂ ਜਲਾਲ ਦੀ ਟੀਮ ਜਿੱਤ ਰਹੀ ਹੈ ਤਾੜੀ ਮਾਰ ਦਿਓ ਜਲਾਲ ਦੀ ਟੀਮ ਜਿੱਤ ਰਹੀ ਹੈ ਕਬੱਡੀ 75 ਕਿਲੋ ਕੋਰ ਸਿੰਘ ਵਾਲਾ ਵਰਸੀ ਤਾਇਆ ਰਾਂਝਾ ਕਲੱਬ ਬਰਗਾੜੀ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਗਰਾਊਂਡ ਤਾਰਿਆ ਕੋਰ ਸਿੰਘ ਵਾਲਾ ਵਰਸੀ ਤਾਇਆ ਰਾਂਝਾ ਕਲੱਬ ਬਰਗਾੜੀ ਉਸ ਤੋਂ ਬਾਅਦ ਆਕਲੀਆ ਜਲਾਲ ਵਰਸੀ ਦੇਸੂ ਜੋਧੇ ਦੀਆਂ ਟੀਮਾਂ ਉਹ ਵੀ ਤਿਆਰੀ ਖਿੱਚ ਲੈਣ ਆਕਲੀਆ ਜਲਾਲ ਵਰਸੀ ਦੇਸੂ ਜੋਧੇ ਦਾ ਮੁਕਾਬਲਾ ਹੋਣਾ ਸਮਾਧ ਵਰਸੀ ਨੰਗਲ ਦੀਆਂ ਟੀਮਾਂ ਵੀ ਆਪਣੇ ਆਪ ਨੂੰ ਤਿਆਰ ਰੱਖਣ ਸਮਾਧ ਵਰਸੀ ਨੰਗਲ ਦੀਆਂ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣ ਕੋਰ ਸਿੰਘ ਵਾਲਾ ਵਰਸੀ ਤਾਇਆ ਰਾਂਝਾ ਕਲੱਬ ਬਰਗਾੜੀ ਦੀਆਂ ਟੀਮਾਂ ਨੂੰ 1 ਮਿੰਟ ਦਾ ਸਮਾਂ ਲੱਗਿਆ ਕਬੱਡੀ 75 ਕਿਲੋ ਦੀਆਂ ਟੀਮਾਂ ਜੇ ਆਉਂਦੀਆਂ ਤਾਂ ਠੀਕ ਹੈ ਨਹੀਂ ਦੋਵੇਂ ਟੀਮਾਂ ਨੂੰ ਅਸੀਂ ਕੱਟਣ ਲਈ ਮਜਬੂਰ ਹੈ ਹੈਲੋ ਜਿਹੜੀਆਂ ਇਹ ਕੁਰਸੀਆਂ ਸਾਡੇ VIP ਪਰਸਨ ਅੱਜ ਪੁੱਜਣਗੇ ਉਹਨਾਂ ਵਾਸਤੇ ਜਿਹੜੀਆਂ ਇਹ ਕੁਰਸੀਆਂ ਦਾ ਪ੍ਰਬੰਧ ਕੀਤਾ ਗਿਆ ਦਰਸ਼ਕ ਵੀਰੋ ਕਿਉਂਕਿ ਅੱਜ ਬੜੀਆਂ ਮਾਣਯੋਗ ਸ਼ਖਸੀਅਤਾਂ ਨੇ ਪੁੱਜਣਾ ਉਹਦੇ ਕਰਕੇ ਕੁਰਸੀ ਜਿਹੜਾ ਕੋਈ ਵੀ ਮੇਰਾ ਵੀਰ ਆਸੇ ਪਾਸੇ ਨਾ ਲੈ ਕੇ ਜਾਵੇ